ਬਠਿੰਡਾ ਨਗਰ ਨਿਗਮ ਵੱਲੋਂ ਮੇਰਾ ਸ਼ਹਿਰ ਮੇਰੇ ਮਾਣ ਤਹਿਤ ਅੱਜ ਵਾਰਡ ਨੰਬਰ 6 ਕਮਲਾ ਨਹਿਰੂ ਕਲੋਨੀ ਵਿਖੇ ਚਲਾਈ ਗਈ ਸਫਾਈ ਵੈਨ ਬਠਿੰਡਾ ਦੀ ਮੇਅਰ ਰਮਨ ਗੋਇਲ ਅਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਪਹੁੰਚੇ ਵਿਸ਼ੇਸ਼ ਤੌਰ 'ਤੇ। ਮੇਰਾ ਸ਼ਹਿਰ ਮੇਰਾ ਮਾਣ ਤਹਿਤ ਜਿੱਥੇ ਹਰ ਹਫ਼ਤੇ ਇੱਕ ਵਾਰਡ ਦੀ ਸਫਾਈ ਕੀਤੀ ਜਾਂਦੀ ਅਤੇ ਸਾਰੇ ਅਧਿਕਾਰੀਆਂ ਨੂੰ ਉੱਥੇ ਬੁਲਾ ਕੇ ਜੋ ਵੀ ਉੱਥੇ ਰਹਿੰਦੇ ਅਧੂਰੇ ਕੰਮ ਹਨ ਉਹ ਪੂਰੇ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਅੱਜ ਮੇਰਾ ਸ਼ਹਿਰ ਮੇਰੇ ਮਾਣ ਮੁਹਿੰਮ ਤਹਿਤ ਅੱਜ ਬਠਿੰਡਾ ਦੀ ਕਮਲਾ ਨਹਿਰੂ ਕਲੋਨੀ ਵਿਖੇ ਇੱਕ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਅਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਇਸ ਸਫਾਈ ਅਭਿਆਨ ਨੂੰ ਉਹਨਾਂ ਵੱਲੋਂ ਸ਼ੁਰੂ ਕਰਾਇਆ ਗਿਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਕਮਲਾ ਨਹਿਰੂ ਕਲੋਨੀ ਦੀਆਂ, ਜਿੱਥੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਵੀ ਇਹਨਾਂ ਦੇ ਨਾਲ ਹਨ ਅਤੇ ਡਿਪਟੀ ਮੇਅਰ ਅਤੇ ਮੇਅਰ ਇਸ ਸਫਾਈ ਅਭਿਆਨ ਨੂੰ ਸ਼ੁਰੂ ਕਰਾ ਰਹੇ ਹਨ। ਇਹ ਅਸੀਂ ਦਿਖਾ ਰਹੇ ਹਾਂ ਕਮਲਾ ਨਹਿਰੂ ਕਲੋਨੀ ਦੀਆਂ ਇਹ ਤੁਹਾਨੂੰ ਤਸਵੀਰਾਂ। ਮੈਂ MC ਬੇਅੰਤ ਸਿੰਘ ਰੰਧਾਵਾ, ਵਾਰਡ ਨੰਬਰ 6 ਨਗਰ ਨਿਗਮ ਬਠਿੰਡਾ। ਅੱਜ ਵਾਰਡ ਨੰਬਰ 6 ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ ਉਹ ਅੱਜ ਮੇਰੇ ਵਾਰਡ ਦੇ ਵਿੱਚ ਇਹਦਾ ਅੱਜ ਆਗਾਜ਼ ਹੋਇਆ। ਮੈਨੂੰ ਖੁਸ਼ੀ ਹੈ ਵੀ ਅੱਜ ਸਾਰੇ ਕਾਰਪੋਰੇਸ਼ਨ ਦੇ ਅਫਸਰ ਸਾਹਿਬਾਨ, ਮੇਅਰ ਸਾਹਿਬਾਨ, ਸਾਰੇ ਅਹੁਦੇਦਾਰ ਸਾਹਿਬਾਨ ਇੱਥੇ ਪਹੁੰਚੇ ਨੇ। ਅੱਜ ਮੇਰੇ ਵਾਰਡ ਦੇ ਵਿੱਚ ਜਿੰਨੇ ਵੀ ਕੰਮ ਸੀ, ਜਿਹੜੇ ਛੋਟੇ ਮੋਟੇ ਜਿਵੇਂ ਸੀਵਰ ਦੇ ਢੱਕਣ ਨੇ ਜਾਂ ਕੋਈ ਪੈਚ ਵਰਕ ਕਰਨਾ ਜਾਂ ਕੋਈ ਖੱਡਾ ਜਾਂ ਕੋਈ ਲੀਕੇਜ ਆ, ਉਹ ਸਾਰੇ ਕੰਮ ਅੱਜ ਪਹਿਲ ਦੇ ਆਧਾਰ 'ਤੇ ਹੋ ਰਹੇ ਨੇ। ਮੈਂ ਸਾਰੇ ਕਾਰਪੋਰੇਸ਼ਨਾਂ ਦਾ, ਮੁਲਾਜ਼ਮਾਂ ਦਾ, ਟੀਮ ਦਾ, ਸਰ ਸਫਾਈ ਸੇਵਕਾਂ ਦਾ ਧੰਨਵਾਦ ਕਰਾਂ। ਸੁਖਦੀਪ ਸਿੰਘ ਢਿੱਲੋਂ, ਮਿਊਂਸੀਪਲ ਕੌਂਸਲਰ, ਵਾਰਡ ਨੰਬਰ 2, ਆਮ ਆਦਮੀ ਪਾਰਟੀ। ਇਹ ਜੋ ਅਭਿਆਨ ਸ਼ੁਰੂ ਕੀਤਾ ਮੇਰਾ ਸ਼ਹਿਰ ਮੇਰਾ ਮਾਣ ਪੰਜਾਬ ਸਰਕਾਰ ਵੱਲੋਂ, ਇਹਦੇ ਅਧੀਨ ਕੁਛ 5-10 ਅਜਿਹੇ ਕੰਮ ਲਿਆਂਦੇ ਗਏ ਨੇ। ਛੋਟੇ ਛੋਟੇ ਕੰਮ ਨੇ, ਸੜਕਾਂ ਦੀ ਸਫਾਈ, ਮੇਨ ਹੋਲ ਰਿਪੇਅਰ ਕਰਨੇ, ਕੋਈ ਪਾਰਕਾਂ ਦੀ ਸਫਾਈ, ਕਿਤੇ ਕੋਈ ਲੀਕੇਜ ਹੈ, ਕੋਈ ਗਿੱਲਾ ਸੁੱਕੇ ਕੂੜੇ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ, ਕਿਉਂਕਿ ਜਿਹੜੇ ਵੱਡੀਆਂ ਸਮੱਸਿਆਵਾਂ ਉਹ ਤਾਂ ਹਾਊਸ ਦੇ ਵਿੱਚ ਜਾਂ ਸਰਕਾਰ ਪੱਧਰ 'ਤੇ ਚਰਚਾ ਦੇ ਵਿੱਚ ਆਉਂਦੀਆਂ ਨੇ, ਉਹਨਾਂ 'ਤੇ ਵਿਚਾਰ ਕੀਤਾ ਜਾਂਦਾ, ਪਰ ਇਹ ਛੋਟੇ ਛੋਟੇ ਕੰਮ ਇਹ ਅਣਗੌਲਿਆਂ ਕੀਤੇ ਜਾਂਦੇ ਨੇ। ਸੋ ਇਹਦੇ ਲਈ ਪੰਜਾਬ ਸਰਕਾਰ ਵੱਲੋਂ ਇਹ ਮੇਰਾ ਸ਼ਹਿਰ ਮੇਰਾ ਮਾਣ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੇ ਵਿੱਚ ਹਰ ਹਫ਼ਤੇ ਇੱਕ ਵਾਰਡ ਚੁਣਿਆ ਜਾਂਦਾ। ਸ਼ੁੱਕਰਵਾਰ ਨੂੰ ਉਸ ਵਾਰਡ ਦੇ ਵਿੱਚ ਇਹ ਅਭਿਆਨ ਸ਼ੁਰੂ ਕੀਤਾ ਜਾਂਦਾ ਅਤੇ ਸਾਰਾ ਹਫ਼ਤਾ ਉਸ ਵਾਰਡ ਦੇ ਵਿੱਚ ਇਹ ਜੋ ਨਿੱਕੀਆਂ ਨਿੱਕੀਆਂ ਸਮੱਸਿਆਵਾਂ ਉਹ ਪੂਰੀਆਂ ਕੀਤੀਆਂ ਜਾਂਦੀਆਂ। ਬਿਲਕੁਲ ਜੀ, ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਕਾਰਪੋਰੇਸ਼ਨ ਜਿਹੜੀ ਬਠਿੰਡਾ ਹੈਗੀ ਹੈ ਉਹ ਪਹਿਲੇ ਨੰਬਰ 'ਤੇ ਆਉਂਦੀ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਕਾਫੀ ਗਿਰਾਵਟ ਆਈ ਹੈ, 5ਵੇਂ ਨੰਬਰ 'ਤੇ ਕਾਰਪੋਰੇਸ਼ਨ ਬਠਿੰਡਾ ਪਹੁੰਚੀ ਹੈ। ਕਾਰਪੋਰੇਸ਼ਨ ਦੇ ਮੇਅਰ, ਜੋ ਉਹਨਾਂ ਦੇ ਅਧਿਕਾਰੀ ਨੇ, ਡਿਪਟੀ ਮੇਅਰ, ਹੋਰ ਵੀ ਜਿੰਨੇ ਸੰਬੰਧਿਤ ਨੇ, ਇਸ ਗੱਲ 'ਤੇ ਉਹਨਾਂ ਨੂੰ ਮੰਥਨ ਕਰਨਾ ਚਾਹੀਦਾ ਕਿ ਕਾਰਪੋਰੇਸ਼ਨ 5ਵੇਂ ਨੰਬਰ 'ਤੇ ਕਿਉਂ ਆਈ, ਜੋ ਵੀ ਕਮੀਆਂ ਰਹੀਆਂ ਉਹਨਾਂ ਕਮੀਆਂ ਨੂੰ ਦੂਰ ਕਰਕੇ ਦੁਬਾਰਾ ਇਹ ਕਾਰਪੋਰੇਸ਼ਨ ਬਠਿੰਡਾ ਨੂੰ ਪਹਿਲੇ ਨੰਬਰ 'ਤੇ ਲਿਆਉਣ ਦਾ ਯਤਨ ਕੀਤਾ ਜਾਵੇ। ਅਸੀਂ ਵੀ ਆਪਣੇ ਵੱਲੋਂ ਜਿੰਨੇ ਵੀ ਕੌਂਸਲਰ ਸਾਹਿਬਾਨ ਹੈ ਉਹ ਵੀ ਸਹਿਯੋਗ ਇਹਨਾਂ ਨੂੰ ਪੂਰਾ ਦੇਵਾਂਗੇ ਕਿ ਇਸ ਗੱਲ ਦੇ ਉੱਤੇ ਮੰਥਨ ਕੀਤਾ ਜਾਵੇ ਕਿ ਬਠਿੰਡਾ ਨਗਰ ਨਿਗਮ ਹੈ ਜਿਹੜਾ ਆਪਣਾ ਦੁਬਾਰਾ ਪਹਿਲੇ ਨੰਬਰ 'ਤੇ ਆਵੇ। ਪੰਜਾਬ ਸਰਕਾਰ ਵੱਲੋਂ ਮੇਰਾ ਸ਼ਹਿਰ ਮੇਰਾ ਮਾਣ ਦੇ ਅਧੀਨ ਜੋ ਸਫਾਈ ਅਭਿਆਨ ਸ਼ੁਰੂ ਕੀਤਾ ਜਾ ਚੁੱਕਿਆ ਹੈ, ਉਸ ਵਿੱਚ ਹਰ ਸ਼ੁੱਕਰਵਾਰ ਨੂੰ ਵਾਰਡ ਵਾਈਜ਼ ਸਫਾਈ ਅਭਿਆਨ ਸ਼ੁਰੂ ਚਲਾ। ਅੱਜ ਵਾਰਡ ਨੰਬਰ 6 ਵਿੱਚ ਅਸੀਂ ਸਫਾਈ ਅਭਿਆਨ ਸ਼ੁਰੂ ਕਰ ਰਹੇ ਹਾਂ। ਇਸ ਵਿੱਚ ਸਾਡੇ ਡਿਪਟੀ ਮੇਅਰ ਸਿੰਘ, ਡਿਪਟੀ ਮੇਅਰ, MC ਸਾਹਿਬਾਨ ਔਰ ਇਲਾਕੇ ਦੀ ਸਾਰੀ ਸੰਗਤ ਇੱਥੇ ਮੌਜੂਦ ਹੈ। ਇਹ ਅੱਜ ਕਮਲਾ ਨਹਿਰੂ ਕਲੋਨੀ ਅਤੇ ਭਾਟਨਗਰ ਵਿੱਚ ਇਹ ਅਭਿਆਨ ਚਲਾਇਆ ਜਾ ਚੁੱਕਿਆ ਹੈ। ਇਸ ਬਹੁਤ ਹੀ ਸਾਡੇ ਇੱਥੇ ਕਾਰਪੋਰੇਸ਼ਨ ਸਾਰੀ ਟੀਮ ਇੱਥੇ ਹਾਜ਼ਰ ਹੈ, ਐਕਸਨ ਸਾਹਿਬਾਨ। ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੋ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਉਸ ਵਿੱਚ ਸਾਰੇ ਨਾਗਰਿਕ ਨੂੰ ਆਪਣਾ ਆਪਣਾ ਕਰਤੱਵ ਬਣਦਾ ਹੈ ਕਿ ਉਹ ਵੀ ਸਾਡੇ ਨਾਲ ਇੱਕਜੁੱਟ ਹੋ ਕੇ ਕੰਮ ਕਰਨ ਅਤੇ ਸਾਫ਼ ਸਫਾਈ, ਆਪਣਾ ਆਲੇ ਦੁਆਲੇ ਸਾਫ਼ ਰੱਖਣ, ਪਲਾਸਟਿਕ ਨੂੰ ਨੋ ਪਲਾਸਟਿਕ ਕਹਿਣ ਅਤੇ ਜਿਹੜੇ ਜੂਟ ਦੇ ਬੈਗ ਉਹਨਾਂ ਨੂੰ ਸ਼ੁਰੂ ਕਰਨ, ਵੱਧ ਤੋਂ ਵੱਧ ਪਲਾਂਟ ਲਗਾਉਣ ਤਾਂ ਵੀ ਸ਼ਹਿਰ ਵਿੱਚ ਗ੍ਰੀਨਰੀ ਦਾ ਵਿਕਾਸ ਹੋ ਸਕੇ। ਕੁਛ ਤਾਂ ਨਾਗਰਿਕਤਾ ਨੂੰ ਖੁਦ ਨੂੰ ਅਵੇਅਰ ਕਰਨ ਦੀ ਜ਼ਰੂਰਤ ਹੈ, ਅਵੇਅਰਨੈਸ ਦੀ ਕਮੀ ਹੈ ਲੋਕਾਂ ਵਿੱਚ, ਲੋਕ ਪਲਾਸਟਿਕ ਨੂੰ ਯੂਜ਼ ਕਰਨ ਨੂੰ ਨਹੀਂ ਬੰਦ ਹੁੰਦੇ, ਅਤੇ ਗੌਰਮੈਂਟ ਸਰਕਾਰ ਵੱਲੋਂ ਜੋ ਅਭਿਆਨ ਕੀਤਾ ਜਾਵੇ ਉਸ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ। ਸਾਡੇ ਵੱਲੋਂ ਅਲੱਗ ਅਲੱਗ ਵਾਰਡਾਂ ਵਿੱਚ ਨੁੱਕੜ ਨਾਟਕ ਵੀ ਚਲਾਏ ਜਾ ਰਹੇ ਹਨ ਤਾਂ ਜੋ ਨਾਗਰਿਕਾਂ ਨੂੰ
समझ आ सके इस फाइव बयान बारे।